हे एवरीवन, कैसे हैं आप सभी? आई होप आप सब लोग बहुत अच्छे होंगे। मैं शिल्पी एक बार फिर से लेकर आई हूँ पंजाब सीआर चैनल से एक ऐसी वीडियो जिसका टाइटल मतलब मैंने बहुत सुना है, नादर शाह वर्सेस सिख। मतलब नादर शाह के बारे में हम सभी लोगों ने सुना है, लेकिन पूरा उनका इतिहास क्या है जानते हैं इस वीडियो के जरिए से। और पंजाब सीआर चैनल बहुत अच्छा है, इसका ओरिजिनल वीडियो का लिंक मेरे नीचे डिस्क्रिप्शन बॉक्स में दिया हुआ है। तो जाइए, उनका चैनल भी सब्सक्राइब करिए और सपोर्ट करिए, और साथ में मेरी वीडियो को भी शेयर एंड लाइक एंड प्यार बनाए, प्यार दीजिए। तो स्टार्ट करते हैं वीडियो और देखते हैं। अज आपां नादर शाह बारे गल करांगे। तुसीं बड़ा इहदा नाम सुनिया होना, कौन सी नादर शाह जिहड़ा भारत चों 90 करोड़ लुट के लै गया सी। मुगलां ने 7 पीढ़ियां ला के जिहड़ा खजाना इकट्ठा कीता सी, इह बंदा एक दिन च ही उह लुट के लै गया सी। जंग दे मैदान च इहने 2 घंटियां च मुगलां दे 30,000 सैनिक मारते, ते दिल्ली लुट्टन तों बाद दिल्ली नूं लहू लहान कर दिता सी। इह बंदे ने 10 घंटियां च दिल्ली दे 125,000 लोक मारते सी। एडा ताकतवर ते एडा खूंखार बंदा जिहदे सामने उस टाइम दा मुगल बादशाह भी गोडे टेक गया सी, ते पूरे भारत चों कोई भी कौम इहदे खिलाफ खड़ी नहीं हुई, सारिआं दीआं नीवियां पै गईआं सी। फिर किवें पंजाब दे जंगलां च बैठे सिखां ने इहनूं भजणा पाईआं, अज गल करांगे आपां ओ इतिहास दी। मतलब गल हैगी है इह 18वीं सदी दी। नादर शाह जदों पहला हमला करदा है भारत ते, 1739 च इहने पहला हमला कीता सी। कहे जे हालात सीगे उदों भारत दे ते पंजाब दे, पहलां इह समझ लैणा आपां नूं जरूरी आ। 1739 च जे आपां देखीए तां बाबा बंदा सिंह बहादुर नूं शहीद होया 23 साल हो गए सी। ਸਿੱਖਾਂ ਦਾ ਕਹਿ ਲਓ ਵੀ ਉਹ ਕਾਲਾ ਦੌਰ ਚੱਲ ਰਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਜਾ ਰਿਹਾ ਸੀਗਾ। ਆਪਣੀਆਂ ਜਾਨਾਂ ਬਚਾਉਂਦੇ ਸਿੱਖ ਆਪਦੇ ਘਰ ਬਾਰ ਛੱਡ ਕੇ ਫਿਰ ਜੰਗਲਾਂ 'ਚ ਚਲੇ ਗਏ। ਨਾਦਰ ਸ਼ਾਹ ਹੁਣੇ ਹੈ ਕੌਣ ਸੀਗਾ, ਇਹ ਆਇਆ ਕਿੱਥੋਂ ਸੀਗਾ? ਇਹ ਇਰਾਨੀ ਇੱਕ ਧਾੜਵੀ ਸੀਗਾ, ਇਰਾਨ ਤੋਂ ਆਇਆ ਸੀਗਾ। ਇਰਾਨ ਤੋਂ ਆਉਂਦਾ ਇਹ ਸਭ ਤੋਂ ਪਹਿਲਾਂ ਇਹ ਜਿੱਤਦਾ ਹੈ ਕਾਬਲ ਨੂੰ। ਕਾਬਲ ਨੂੰ ਜਿੱਤਣ ਤੋਂ ਬਾਅਦ ਆਉਂਦਾ ਇਹ ਪੰਜਾਬ, ਲਾਹੌਰ ਜਿੱਤਦਾ ਹੈ। ਫਿਰ ਇਹ ਲਾਹੌਰ ਉਦੋਂ ਹੁਣ ਪੰਜਾਬ 'ਚ ਸੀਗਾ, ਅਤੇ ਲਾਹੌਰ ਦਾ ਗਵਰਨਰ ਸੀਗਾ ਖਾਨ ਬਹਾਦਰ ਜ਼ਕਰੀਆ ਖਾਨ। ਜ਼ਕਰੀਆ ਖਾਨ ਜਿਹੜਾ ਸਿੱਖਾਂ ਦਾ ਕੱਟੜ ਦੁਸ਼ਮਣ ਸੀਗਾ, ਜਿਹਨੇ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਨੂੰ ਸ਼ਹੀਦ ਕੀਤਾ। ਜ਼ਕਰੀਆ ਖਾਨ ਹੁਣ ਥੋੜ੍ਹਾ ਮੋਟਾ ਇਹਦੇ ਨਾਲ ਲੜਦਾ ਹੈ, ਅਤੇ ਉਹਨੂੰ ਥੋੜ੍ਹੇ ਟਾਈਮ 'ਚ ਸਮਝ ਆ ਜਾਂਦਾ ਹੈ ਕਿ ਮੈਂ ਜਿੱਤ ਨਹੀਂ ਸਕਦਾ, ਤਾਂ ਉਹ ਗੋਡੇ ਟੇਕ ਦਿੰਦਾ ਹੈ ਨਾਦਰ ਸ਼ਾਹ ਦੇ ਅੱਗੇ, ਤੇ ਨਾਦਰ ਸ਼ਾਹ ਨੂੰ 20 ਲੱਖ ਰੁਪਇਆ ਦੇ ਦਿੰਦਾ ਹੈ, ਤੇ ਨਾਦਰ ਸ਼ਾਹ ਇਹਦੇ ਮੋਢੇ ਤੇ ਰੱਖ ਦਿੰਦਾ ਆਪਣਾ ਹੱਥ ਕਿ ਤੂੰ ਸਾਂਭੀ ਚੱਲ ਪੰਜਾਬ, ਮੈਂ ਚੱਲਿਆ ਦਿੱਲੀ ਜਿੱਤਣ। ਲਾਹੌਰ ਤੋਂ ਬਾਅਦ ਫਿਰ ਖਬਰ ਪਹੁੰਚ ਜਾਂਦੀ ਆ ਦਿੱਲੀ ਤਖ਼ਤ ਤੇ। ਦਿੱਲੀ ਤਖ਼ਤ ਤੇ ਉਸ ਟਾਈਮ ਤੇ ਬੈਠਾ ਸੀਗਾ ਨਿਖਿੱਧ ਤੇ ਕਮਜ਼ੋਰ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ। ਜਿਹੇ ਦਾ ਉਹਦਾ ਨਾਮ, ਉਹੀ ਜਿਹਾ ਹੀ ਉਹਦਾ ਕਰੈਕਟਰ, ਬਿਲਕੁਲ ਡਰਪੋਕ ਤੇ ਨਿਖਿੱਧ ਬੰਦਾ ਸੀਗਾ ਮੁਹੰਮਦ ਸ਼ਾਹ ਰੰਗੀਲਾ। ਕਹਿ ਲਓ ਕਿ ਇੱਕ ਨਾਮ ਦਾ ਹੀ ਰਾਜਾ ਸੀਗਾ, ਪੂਰਾ ਰੰਗੀਨ ਮਜਾਜ। ਉਹਦੇ ਲਈ ਸਭ ਤੋਂ ਇੰਪੋਰਟੈਂਟ ਬਸ ਐਸ਼ ਕਰਨਾ ਹੀ ਸੀਗਾ, ਔਰ ਰੰਗ ਰਲੀਆਂ ਮਨਾਉਣ 'ਚ ਹੀ ਇੰਨਾ ਬਿਜ਼ੀ ਸੀਗਾ ਕਿ ਉਸ ਟਾਈਮ ਕਹਿ ਲਓ ਕਿ ਜਿਹੜਾ ਮੁਗਲਾਂ ਦਾ ਰਾਜ ਸੀ ਉਹ ਇੱਕ ਤਰੀਕੇ ਨਾਲ ਡੁੱਬ ਚੁੱਕਿਆ ਸੀਗਾ। ਉਹਨੂੰ ਜਦੋਂ ਆ ਕੇ ਉਹਦੇ ਸੂਈਏ ਦੱਸ ਰਹੇ ਸੀ ਕਿ ਨਾਦਰ ਸ਼ਾਹ ਆ ਰਿਹਾ ਹੈ, ਕਿ ਪੂਰੀ ਫੌਜ ਨਾਲ ਚੜ੍ਹ ਕੇ ਆ ਰਿਹਾ ਹੈ ਦਿੱਲੀ ਤੇ, ਉਹ ਆਪਣੀਆਂ ਮੌਜ ਮਸਤੀਆਂ ਕਰਦਾ ਇੱਕ ਗੱਲ ਕਹਿ ਜਾਂਦਾ ਸੀ ਕਿ ਹਜੇ ਦਿੱਲੀ ਬਹੁਤ ਦੂਰ ਆ। ਲਾਹੌਰ ਤੋਂ ਬਾਅਦ ਫਿਰ ਪਹੁੰਚ ਜਾਂਦਾ ਨਾਦਰ ਸ਼ਾਹ ਸਰਹੰਦ। ਸਰਹੰਦ ਜਿੱਦਾਂ ਜਿੱਦਾਂ ਫਿਰ ਉਹ ਦਿੱਲੀ ਵੱਲ ਨੂੰ ਵੱਧ ਰਿਹਾ ਸੀ, ਤੇ ਉਹਨੂੰ ਖਬਰਾਂ ਜਾ ਰਹੀਆਂ ਸੀਗੀਆਂ ਮੁਹੰਮਦ ਸ਼ਾਹ ਰੰਗੀਲੇ ਨੂੰ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਹੁਣ ਦਿੱਲੀ ਦੂਰ ਨਹੀਂ ਆ ਕਿ ਨੇੜੇ ਆ ਰਹੇ ਨੇ ਇਹ, ਫਿਰ ਆਪਦੀ 1 ਲੱਖ ਦੀ ਫੌਜ ਭੇਜ ਦਿੰਦਾ ਹੈ ਕਰਨਾਲ। 1 ਲੱਖ ਮੁਗਲ ਫੌਜ ਦਾ ਫਿਰ ਟਾਕਰਾ ਹੁੰਦਾ ਹੈ ਕਰਨਾਲ ਦੀ ਧਰਤੀ ਤੇ ਨਾਦਰ ਸ਼ਾਹ ਦੀ ਫੌਜ ਨਾਲ। ਨਾਦਰ ਸ਼ਾਹ ਦੀ ਫੌਜ ਗਿਣਤੀ 'ਚ ਭਾਵੇਂ ਬਹੁਤ ਜ਼ਿਆਦਾ ਘੱਟ ਸੀ ਮੁਗਲਾਂ ਨਾਲੋਂ, ਨਾਦਰ ਸ਼ਾਹ ਦੀ ਜਿਹੜੀ ਫੌਜ ਸੀਗੀ ਉਹ ਅੱਗ ਸਿੜਦੀ ਸੀਗੀ। ਜਿੱਤ ਦੇ ਜਜ਼ਬੇ ਨਾਲ ਆਏ ਸੀ ਉਹ ਕਿ ਜਿੱਤ ਕੇ ਲੁੱਟ ਕੇ ਲੈ ਕੇ ਜਾਣਾ, ਭਾਰਤ ਨੂੰ ਕੰਗਾਲ ਕਰਕੇ ਜਾਣਾ ਹੈ, ਇਹ ਸੋਚ ਸੀਗੀ ਨਾਦਰ ਸ਼ਾਹ ਦੀ। ਹੁਣ ਇੱਧਰੋਂ ਜਿਹੜੀ ਮੁਹੰਮਦ ਸ਼ਾਹ ਰੰਗੀਲੇ ਦੀ ਫੌਜ ਸੀ, ਜਿਹਨਾਂ ਦਾ ਹੁਣ ਰਾਜਾ ਹੀ ਮੋਢੀ ਹੀ ਨਿਖਿੱਧ ਹੋਵੇ, ਉਹਨਾਂ ਦੀ ਫੌਜ ਕਿਹੋ ਜਿਹੀ ਹੋਊਗੀ? ਜਮਾਂ ਹੀ ਡਿਸਿਪਲਨ ਨਹੀਂ ਸੀਗਾ, ਅਨਆਰਗਨਾਈਜ਼ਡ ਫੌਜ ਸੀਗੀ ਉਹਨਾਂ ਦੀ। ਇਸ ਕਰਕੇ ਨਾਦਰ ਸ਼ਾਹ ਨੇ 2 ਘੰਟਿਆਂ 'ਚ ਹੀ ਮੁਗਲ ਫੌਜ ਦੇ 30,000 ਸੈਨਿਕ ਮਾਰ ਦਿੱਤੇ, ਤੇ 30,000 ਕਹਿੰਦੇ ਨੇ ਕਿ ਫੱਟੜ ਕਰ ਦਿੱਤੇ। ਜਿਹੜੇ ਬਚੇ ਕੁਚੇ ਸੀਗੇ ਉਹ ਬਾਣੋ ਬਾਣੀ ਭੱਜ ਗਏ। ਫਿਰ ਨਾਦਰ ਸ਼ਾਹ ਨੂੰ ਉਸ ਟਾਈਮ ਤੇ ਏਸ਼ੀਆ ਦਾ ਨੈਪੋਲੀਅਨ ਵੀ ਕਹਿੰਦੇ ਸੀਗੇ, ਐਡਾ ਤਕੜਾ ਬੰਦਾ ਸੀਗਾ। ਫਿਰ ਉੱਥੇ ਮੁਗਲ ਫੌਜੀਆਂ ਨੂੰ ਇਹ ਮਾਰ ਕੇ ਵੱਧ ਗਿਆ ਦਿੱਲੀ ਵੱਲ ਨੂੰ। ਦਿੱਲੀ ਪਹੁੰਚ ਜਾਂਦਾ ਹੈ ਤੇ ਰੱਖ ਲੈਂਦਾ ਹੈ ਮੁਹੰਮਦ ਸ਼ਾਹ ਰੰਗੀਲੇ ਦੀ ਧੌਣ ਤੇ ਗੋਡਾ ਜਾ ਕੇ। ਹੁਣ ਉਹ ਡਰੂ ਬੰਦਾ ਸੀਗਾ,
वह हाथ जोड़ के खड़ जाता है कि आ लो तख्त तख्त सामभ लो बन जा राजा के मैं हार मनी तेरे सामने। नादर शाह फिर कहता के तख्त तुख्त ते बैठन मैं नहीं आया इत्थे, मैं आया लुटन आपका खजाना खोल। तां मुहम्मद शाह रंगीला उत्थे बिना लड़े ही डर के खजाने का मूह खोल दिंदा है। हुण इत्थे सोच के देखो भी आपां जदों भी खजाने का नाम बचपन तो लैके सुनदे आ रहे हैं तां अपने दिमाग च की आउंदा है कि बहुत वड्डा कोई सुरंग टाइप है ते उत्थे हीरे जवाहरात पए ने। ये असली एवें ही सीगा। हुण मुगल किहड़ा उत्थे एक पीढ़ी दे सीगे, किन्नियां ही पीढ़ियां उन्होंने भारत के लोगों नूं लुट के खजाना इकट्ठा किया सीगा, हीरे जवाहरात नाल भरिया पिया सीगा खजाना। हुण उस टाइम ते कहिंदे ने कि वह खजाने च 70 करोड़ दे हीरे जवाहरात सोना वगैरह पिया सीगा, जिहड़ा कि नादर शाह ने आपदे हाथियां ऊठां घोड़ियां ते लद लिया, ते 20 करोड़ रुपया उन्हें नगद लिया मुहम्मद शाह रंगीले तो। इस तों बिना दिल्ली दे कल्ले कल्ले घर नूं लुटिया गया, घरां दे फर्श तक पट ले, छत्तां तक पट के फरोल लईआं गईआं कि पैसा कितने दबिया होया तो नहीं हैगा इत्थे, क्योंकि भारत उस टाइम ते बहुत ज्यादा अमीर सीगा। उन्हें ऐसी भी चल दिल्ली दे तख्त नूं तां लुट लिया कि लोकां दे घरां नूं भी लुट के लैके जाऊंगा मैं। इत्थे फिर किसे गल तों जिहड़े दिल्ली वासी सीगे उन्हां नाल इहदी फौज दे किसे सैनिकां दी बहस हो गई। उस तों बाद उत्थे अफवाह फैल गई कि नादर शाह मारिया गया। नादर शाह तां हुण जिउंदा सीगा, जदों इहनूं इह गल दा पता लगदा तां इह फिर हंकारिया होया हुक्म दे दिंदा है कि दिल्ली च कतलेआम शुरू कर दो, एक भी बंदा मैनूं दिखना नहीं चाहीदा। कहिंदे ने कि दिल्ली च फिर 10 घंटे ईरानी फौज ने रज के कतलेआम कीता दिल्ली वासियां दा। 10 घंटिआं च 125,000 लोग मार दिते गए, ना कोई बुढ़े दा लिहाज कीता गया, ना किसे बच्चे दा, ना किसे औरत दा लिहाज कीता गया। दिल्ली दीआं सड़कां ते नालियां च भी खून वग रहा सीगा उस टाइम ते। 90 करोड़ दे नाल नाल होर की कुछ लुटिया सीगा इहने। इह कहिंदे कि 1,000 हाथी, 7,000 घोड़े, 10,000 ऊठ, उहदे नाल नाल फिर इहने की कीता, बंदी बना ले कारीगर, राजमिस्त्री, लोहार, जिहड़े पत्थर कढ़न वाले हुंदे ने, इहनां सारिआं नूं बंदी बना के आपदे नाल लै गिआ। इहनां दे नाल नाल फिर दिल्ली शहर दीआं औरतां नूं बंदी बना लिआ इहने। औरतां चों ज़्यादातर कुवारियां ਧੀਆਂ ਭੈਣਾਂ ਸੀਗੀਆਂ। ਹੁਣ ਇਸ ਤੋਂ ਇਲਾਵਾ ਇਹਨੇ ਕੀ ਕੀਤਾ, ਇਹਦਾ ਪੁੱਤ ਸੀਗਾ ਨਸਰੁੱਲਾ, ਮੁਹੰਮਦ ਸ਼ਾਹ ਰੰਗੀਲੇ ਨੂੰ ਕਹਿੰਦਾ ਕਿ ਆਪਦੀ ਕੁੜੀ ਨੂੰ ਮੇਰੇ ਨਾਲ ਭੇਜ, ਤੇਰੀ ਕੁੜੀ ਦਾ ਵਿਆਹ ਕਰਨਾ ਮੈਂ ਆਪਦੇ ਮੁੰਡੇ ਨਾਲ। ਹੁਣ ਉਹ ਕੀ ਕਰਦਾ ਉਹ ਬੰਦਾ ਜਿਹਨੇ ਆਪਦੇ ਦਾਦੇ ਪੜਦਾਦਿਆਂ ਦਾ ਖਜ਼ਾਨਾ ਹੀ ਲਟਾ ਤਾ, ਆਪਦੇ ਲੋਕ ਮਰਵਾ ਤੇ, ਉਹਨੇ ਮਿੰਟੋ ਸਕਿੰਟੀ ਆਪਦੀ ਕੁੜੀ ਦਾ ਹੱਥ ਫੜਾ ਤਾ ਨਾਦਰ ਸ਼ਾਹ ਨੂੰ, ਤੇ ਨਾਦਰ ਸ਼ਾਹ ਫਿਰ ਉਹਦੀ ਕੁੜੀ ਨੂੰ ਵੀ ਨਾਲ ਲਿਆ ਆ। ਹੁਣ ਜਿੰਨਾ ਵੀ ਖਜ਼ਾਨਾ ਲੁੱਟਿਆ ਸੀਗਾ ਉਹ ਲੱਦ ਲਿਆ ਜਾਂਦਾ ਊਠਾਂ ਘੋੜਿਆਂ ਤੇ ਹਾਥੀਆਂ ਦੇ ਉੱਤੇ। 18,000 ਗਿਣਤੀ ਸੀਗੀ, ਸੋਚੋ ਘੋੜੇ ਊਠ ਤੇ ਹਾਥੀ 18,000 ਟੋਟਲ ਸੀ ਉਹਨਾਂ ਦੇ ਉੱਤੇ, ਪੂਰਾ ਖਜ਼ਾਨਾ ਲੱਦਿਆ ਹੋਇਆ, ਸੋਨੇ ਹੀਰੇ ਜਵਾਹਰਾਤ, ਉਹਦੇ ਨਾਲ ਇਹ ਤਖਤੇ ਤਾਊਸ ਵੀ ਲੈ ਗਿਆ ਸੀਗਾ ਪੱਟ ਕੇ, ਜਿਹਦੇ ਉੱਤੇ ਮੁਗਲ ਬਾਦਸ਼ਾਹ ਬੈਠਦਾ ਹੁੰਦਾ ਸੀਗਾ। ਕੋਹਿਨੂਰ ਹੀਰਾ ਵੀ ਲੁੱਟ ਕੇ ਲੈ ਗਿਆ ਸੀਗਾ ਇਹ। ਕੋਹਿਨੂਰ ਹੀਰੇ ਦਾ ਜੇ ਤੁਸੀਂ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ, ਇੱਕ ਵੀਡੀਓ ਅਲੱਗ ਤੋਂ ਅਸੀਂ ਕੋਹਿਨੂਰ ਹੀਰੇ ਦੇ ਇਤਿਹਾਸ ਬਾਰੇ ਵੀ ਪਾ ਦੇਵਾਂਗੇ। ਇੰਨਾ ਜ਼ਿਆਦਾ ਖਜ਼ਾਨਾ ਲੋਕਾਂ ਨੂੰ ਤੇ ਧੀਆਂ ਭੈਣਾਂ ਨੂੰ ਲੁੱਟ ਕੇ ਫਿਰ ਇਹ ਦਿੱਲੀ ਚੋਂ ਨਿਕਲ ਜਾਂਦਾ ਹੈ। ਦਿੱਲੀ ਤੋਂ ਫਿਰ ਇਹ ਨਿਕਲਣ ਲੱਗਿਆ ਪਹਿਲਾਂ ਹੀ ਸੁਨੇਹਾ ਭੇਜ ਦਿੰਦਾ ਹੈ ਪੰਜਾਬ ਜ਼ਕਰੀਆ ਖਾਨ ਨੂੰ, ਕਹਿ ਦਿੰਦਾ ਹੈ ਕਿ 1 ਕਰੋੜ ਰੁਪਈਆ ਮੇਰੇ ਆਉਣ ਤੱਕ ਤੂੰ ਤਿਆਰ ਕਰਕੇ ਰੱਖ, 1 ਕਰੋੜ ਤੇ ਤੋਂ ਲੈਣਾ ਹੈ ਤੇ ਫੇਰ ਗਵਰਨਰ ਬਣਿਆ ਰਹੇਗਾ। ਜ਼ਕਰੀਆ ਖਾਨ ਕੋਲ ਜਦੋਂ ਇਹ ਫਰਮਾਨ ਆਉਂਦਾ ਹੈ, ਹੁਣ ਇੰਨਾ ਪੈਸਾ ਜਾਂ ਖਜ਼ਾਨਾ ਤਾਂ ਉਹਦੇ ਕੋਲ ਨਹੀਂ ਸੀਗਾ, ਫਿਰ ਉਹ ਪੰਜਾਬ ਦੇ ਲੋਕਾਂ ਤੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੰਦਾ ਹੈ। ਜਿਹੜੇ ਦੀ 1,000 ਦੀ ਹੈਸੀਅਤ ਹੁੰਦੀ ਆ ਉਹਨੂੰ ਕਿਹਾ ਜਾਂਦਾ ਕਿ 10,000 ਲਿਆ ਕੇ ਦੇ, ਜਿਹਦੀ 10,000 ਦੀ ਹੈਸੀਅਤ ਹੁੰਦੀ ਆ ਉਹਨੂੰ ਕਿਹਾ ਜਾਂਦਾ ਕਿ 50,000 ਲਿਆ ਕੇ ਦੇ। ਲੋਕਾਂ ਨੂੰ ਕਤਲੇਆਮ ਕਰਕੇ ਕੁੱਟ ਮਾਰ ਕੇ ਫਿਰ ਇਹਨੇ ਰਕਮ ਇਕੱਠੀ ਕੀਤੀ। ਉਸ ਟਾਈਮ ਤੇ ਭਾਰਤ ਚ ਹੋਰ ਵੀ ਕਈ ਕੌਮਾਂ ਸੀ ਜੋ ਬਹੁਤ ਜ਼ਿਆਦਾ ਤਕੜੀਆਂ ਸੀਗੀਆਂ ਉਸ ਟਾਈਮ ਤੇ, ਪਰ ਕਹਿੰਦੇ ਕਿਸੇ ਨੇ ਵੀ ਇਹਦਾ ਰਾਹ ਰੋਕਣ ਦੀ ਹਿੰਮਤ ਨਹੀਂ ਕੀਤੀ, ਸਾਰੇ ਲੋਕਾਂ ਦੇ ਡਰ ਨਾਲ ਸਿਰ ਝੁਕੇ ਹੋਏ ਸੀਗੇ। ਪਰ ਫਿਰ ਇਹ ਐਂਟਰ ਕਰਦਾ ਹੈ ਪੰਜਾਬ ਤੇ ਜੰਗਲਾਂ ਚ ਬੈਠੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਠੀ ਭਰ ਸਿੱਖ ਇਹਦੇ ਤੇ ਹਮਲਾ ਕਰਦੇ ਨੇ ਤੇ ਇਹਨੂੰ ਲੁੱਟਦੇ ਨੇ। ਹੁਣ ਇਹ ਲੁੱਟ ਕਿਵੇਂ ਕੀਤੀ ਗਈ ਨਾਦਰ ਸ਼ਾਹ ਦੀ, ਇਹਦਾ ਤੁਹਾਨੂੰ ਪੂਰਾ ਥੋੜਾ ਡਿਟੇਲ ਚ ਦੱਸਦੇ ਹਾਂ। ਉਸ ਟਾਈਮ ਤੇ
सिख कौम की जो वागडोर संभाल रहे थे वह सीगे नवाब कपूर सिंह। उत्थे जदों इन्हां नूं पता लगता है कि नादर शाह ने दिल्ली के खजाने नूं लुट लिया है, भारी कतलेआम किया है, बीबिया अगवा कर लिया है, अगवा करके जा रहा है अफगानिस्तान। जंगलों च बैठे भुखे भाने मुठी पर सिख उसे हमला करने की प्लैनिंग कर रहे थे। हुण इन्हां नूं की लोड़ सी? जे एक चीज देखिए कि नादर शाह ने डायरैक्टली तो इन्हों कुछ कहा ही नहीं सीगा। हुण उत्थे यह विचार करते हैं कि नादर शाह इन्नी वड्डी लुट करके बीबिया अगवा करके लैके जा रहा है, इहदे दिमाग च की जाऊगा कि भारत की कोई भी कौम नहीं हैगी जिहड़ी इहदे अगे सिर चक सके, ये सारे ही डरपोक ने। नहीं कहिंदा, गुरु दे सिख डरपोक नहीं हैगे, असीं करांगे नादर शाह ते हमला। आ सीगा नादर शाह ते हमला करन दा सब तो वड्डा कारण। नादर शाह दी फौज ते इह किवें हमला करदे ने, किवें लुटदे ने, इह मैं तुहानूं दस्सदा। रात दे समय इह हमला करदे ने। नवाब कपूर सिंह ने ड्यूटी लाई बाबा जस्सा सिंह आलूवालिया दी। हमला करन वाला जिहड़ा जत्था सी उहदे मुखी सीगे बाबा जस्सा सिंह आलूवालिया। रात दे समय जदों सौ रहे सी फौजी तां इह तूफान वांगू जांदे ने ते हमला कर देंगे ने। कहिंदे पता ही नहीं चलता फौजियां नूं कि किधरों आए ते किधर गए। वह हमले च इह उहनां दे हथियार भी लुट लैंदे ने ते उहनां दा माल भी लुट लैंदे ने ते कुछ बीबियां नूं भी छड़ा लैंदे ने। जिन्ने टाइम च कहिंदे नादर शाह दी फौज नूं सुरत जी आउंदी आ कि आ की हो गया, उन्ने टाइम च कहिंदे सिख हवा वांगू उत्थों निकल जांदे ने। हुण पता ही नहीं चलता इन्हां नूं कि कौन आ। नादर शाह फिर पुछदा है कि कौन ने इह, किसी नूं पता नहीं सीगा कौन आ। उदों बाद कहिंदे फिर दो दिन का गैप पिया, दो दिन सिखां ने हमला नहीं किया। तीजे दिन सिखां ने उस तों वड्डा हमला किया, रात नूं ही हमला किया, रात नूं 12 बजे हमला करते सी। जिहड़े हुण कई मूर्ख लोग यह कह दिंदे ने ना सिखां दे 12 बज गए, हुण सिखां दे 12 बज गए, यह चीज उत्थों स्टार्ट हुई आ। उत्थों जिहड़ियां उह कैद कीतियां हुंदियां सी बीबियां, उह कहिंदियां सी कि सिखां दे 12 बज गए, हुण सिख आउणगे हमला करनगे, इन्हां ते आपां नूं छड़ा के लैके जाणगे। उह चीज़ दा इनाम कुछ मूर्ख लोग सिखां दा मजाक उड़ा के दिंदे। थोड़ा मोटा सोच लिया करो ये चीज बोलने तो पहला। तीजे दिन जिहड़ा हमला हुंदा उह पहले दिन तो भी बहुत भारी हमला हुंदा है। तीजे दिन होर बीबियां नूं छड़ाया जांदा है जिहड़ियां कैद कीतियां सी ते होर इन्हां दा माल लुटिया जांदा है। पर कहिंदे ने कि इह हमले च कुछ सिख भी शहीद हो गए सी। पहले दिन तां उहनां नूं पता ही नहीं लग्गिया सी कि है कौन ने, इहने हमला कीता। जिहड़ा दूजा हमला सीगा उहदे च जिहड़े शहीद होए सिख सीगे उहनां दे सरूप तों इहनां नूं आइडिया हो जांदा है, क्योंकि लंबे केस ते लंबे दाड़े प्रकाश कीते होए सीगे। नादर शाह फिर इत्थे कहिंदा है कि यार कौन ने इह लोग, इह मुट्ठी भर लोग ने, इह आउंदे ने मेरे फौजियां नूं मारदे ने, माल लुट के लै जांदे ने, बीबियां नूं छड़ा के लै जांदे ने, कि दिल्ली दा खजाना लुटिया मैं, बादशाह ने मेरे सामने गोडे टेकते, पूरे भारत च मेरे मूहरे किसे ने सिर नहीं चक्किया, इह चार टोटरू कौन ने, इन्हां दे घर लब्भो ते इन्हां दे घर फूक दो। जकरिया खान फिर इत्थे जवाब दिंदा है कि घर इन्हां दे किवें फूक दिए, इह तां जंगलां च रहिंदे ने, घोड़ियां दीआं काटियां ते सौंदे ने, जंगल ही इन्हां दा घर ने। ਤਾਂ ਫਿਰ ਇਹ ਪੁੱਛਦਾ ਹੈ ਕਿ ਜੰਗਲਾਂ 'ਚ ਰਹਿੰਦੇ ਨੇ ਫਿਰ ਇਹ ਖਾਂਦੇ ਕੀ ਨੇ? ਉਹ ਕਹਿੰਦਾ ਛੋਲੇ ਖਾ ਕੇ ਗੁਜ਼ਾਰਾ ਕਰਦੇ ਨੇ। ਉਹ ਕਹਿੰਦਾ ਕਦੇ ਇਹਨਾਂ ਨੂੰ ਕੁਝ ਖਾਣ ਨੂੰ ਮਿਲ ਜਾਂਦਾ, ਕਦੇ ਨਹੀਂ ਮਿਲਦਾ। ਉਹ ਜਾਂਦਾ ਹੋਇਆ ਫਿਰ ਹੁਕਮ ਦੇ ਜਾਂਦਾ ਹੈ ਕਿ ਇਹਨਾਂ ਦਾ ਕੁਝ ਹੁੰਦਾ ਤਾਂ ਤੈਥੋਂ ਕਰ ਲਾ, ਨਹੀਂ ਤਾਂ ਇਹ ਰਾਜ ਕਰਨਗੇ ਪੰਜਾਬ 'ਤੇ। ਇਹ ਕਹਿ ਕੇ ਨਾਦਰ ਸ਼ਾਹ ਆਪ ਤਾਂ ਚੱਲ ਜਾਂਦਾ ਹੈ ਅਤੇ ਜ਼ਕਰੀਆ ਖਾਨ ਉਸ ਤੋਂ ਬਾਅਦ ਫਿਰ ਕਤਲੇਆਮ ਰੱਜ ਕੇ ਕਰਦਾ ਹੈ ਸਿੱਖਾਂ ਦਾ। ਪਰ ਸਿੱਖਾਂ ਦਾ ਜਿੰਨਾ ਮਰਜ਼ੀ ਕਤਲੇਆਮ ਹੋਇਆ, ਮਾਰਦੇ ਥੱਕ ਗਏ ਇਹ ਸਿੱਖਾਂ ਨੂੰ, पर सिख ना तो मरनों डरे ना ही इन्हां दे अगे झुके। उस तो बाद जाके फिर इन्नियां शहादतां तो बाद जाके खालसा राज फिर कायम होया। तां इह सीगा सिखां दा गौरवमई इतिहास। 18वीं सदी दे ओह महान ते बहादुर सिख जिन्हां ने एक इन्ने वड्डे धाड़वी नूं लुटिया, भारत दी सब तो वड्डी लुट करके जिहड़ा जा रिहा सीगा ਉਹਨੂੰ ਲੁੱਟਣ ਵਾਲੇ ਲੋਕ ਆਮ ਨਹੀਂ ਹੋ ਸਕਦੇ। ਹੁਣ ਇੱਥੇ ਇੱਕ ਚੀਜ਼ ਸੋਚ ਕੇ ਦੇਖੋ ਕਿ ਪੂਰੇ ਭਾਰਤ ਚੋਂ ਕਿਸੇ ਨੇ ਵੀ ਇਹਦਾ ਰਾਹ ਨਹੀਂ ਰੋਕਿਆ, ਕਿਸੇ ਨੇ ਮੁਕਾਬਲਾ ਨਹੀਂ ਕੀਤਾ, ਇਕੱਲੇ ਪੰਜਾਬ ਦੇ ਸਿੱਖਾਂ ਨੇ ਹੀ ਇਹਦੇ ਨਾਲ ਦੋ ਦੋ ਹੱਥ ਕੀਤੇ। ਸੋਚੋ ਜੇ ਸਿੱਖ ਵੀ ਇਹਦੇ ਤੇ ਹਮਲਾ ਨਾ ਕਰਦੇ, ਇਹਦਾ ਰਾਹ ਨਾ ਰੋਕਦੇ, ਭਾਰਤ ਦੇ ਸਿਰ ਇੱਕ ਲਾਂਭਾ ਰਹਿ ਜਾਂਦਾ ਕਿ ਇੰਨਾ ਵੱਡਾ ਧਾੜ ਵੀ ਕਿ ਪੂਰੇ ਭਾਰਤ 'ਚ ਇੱਕ ਵੀ ਕੌਮ ਇਹੋ ਜਿਹੀ ਨਹੀਂ ਸੀਗੀ ਜਿਹੜਾ ਇਹਦਾ ਰਾਹ ਰੋਕੇ। ਜਦੋਂ ਆਹ ਦੌਰ ਬਾਰੇ ਸੋਚਦੇ ਹਾਂ
ਤਾਂ ਉਹ ਸਿੱਖਾਂ ਤੇ ਫਿਰ ਮਾਣ ਮਹਿਸੂਸ ਹੁੰਦਾ ਜਿਨ੍ਹਾਂ ਨੇ ਭਾਰਤ ਦੀ ਪੱਤ ਬਚਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਤੇ ਇਹਨੂੰ ਲੁੱਟਿਆ ਕੁੱਟਿਆ ਤੇ ਉਹ ਬੀਬੀਆਂ ਨੂੰ ਵੀ ਛੜਾਇਆ। ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ। ਸਿੱਖ ਇਤਿਹਾਸ ਨਾਲ ਜੁੜੀਆਂ ਏਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ। ਜੇ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਸਾਡਾ ਕੰਮ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਫੇਸਬੁੱਕ ਤੇ ਤੁਸੀਂ ਸਾਨੂੰ ਸਟਾਰ ਭੇਜ ਸਕਦੇ ਹੋ ਤੇ ਯੂਟਿਊਬ ਤੇ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਇੱਥੇ ਜੁਆਇਨ ਬਟਨ ਤੁਹਾਨੂੰ ਦਿਖ ਰਿਹਾ ਹੋਵੇਗਾ, ਸਬਸਕ੍ਰਾਈਬ ਦੇ ਨਾਲ ਜੁਆਇਨ ਕਰਕੇ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਆਪਣੇ ਮਤਲਬ ਹਮ ਸਭ ਲੋਕ ਜਾਣਦੇ ਕਿ ਹਮਾਰੇ ਜੋ ਸਿੱਖ ਹੈ ਵੋ ਕਿਸੀ ਸੇ ਨਹੀਂ ਡਰਤੇ, ਕਿਸੀ ਕੇ ਆਗੇ ਨਹੀਂ ਝੁਕਤੇ, ਲੇਕਿਨ ਯੇ ਵੀਡੀਓ ਨਾ ਉਨ ਲੋਗੋ ਕੇ ਲਿਏ ਮੂੰਹ ਪੇ ਜ਼ੋਰਦਾਰ ਕਰਾਰਾ ਤਮਾਚਾ ਆਇਆ। ਤਾਂ ਮੈਨੇ ਕਈ ਲੋਗੋ ਕੋ ਐਸੀ ਬਕਵਾਸ ਭਰੀ ਬਾਤੇਂ ਕਰਤੇ ਦੇਖਾ ਹੈ ਕਿ ਲੋਕ ਧਰਮ ਕੇ ਨਾਮ ਪੇ ਆਪਣੇ ਆਪ ਕੋ ਪ੍ਰਚਾਰ ਕਰਤੇ ਹੈ ਔਰ ਪਿਛਲਾ ਜੋ ਇਤਿਹਾਸ ਹੈ ਵੋ ਉਨ੍ਹੇ ਨਹੀਂ ਪਤਾ ਹੈ। ਬਸ ਹਾਂ, ਇਸ ਵੀਡੀਓ ਕੋ ਦੇਖਣੇ ਕੇ ਬਾਅਦ ਮੁਝੇ ਐਸਾ ਲੱਗਤਾ ਹੈ ਯਾਰ, ਮੈਂ ਤਾਂ ਸ਼ੁਰੂ ਸੇ ਹੀ ਬੋਲਦੀ ਆਈ ਹੂੰ ਕਿ ਸਿੱਖ ਜੋ ਹਮਾਰੇ ਨਾ ਵੋ ਕਿਸੀ ਸੇ ਨਹੀਂ ਡਰਤੇ ਨਾ ਕਿਸੀ ਕੇ ਆਗੇ ਝੁਕਤੇ ਹੈ। ਲੇਕਿਨ ਜਬ ਨਾਦਰ ਸ਼ਾਹ ਹਮਾਰੇ ਦੇਸ਼ ਕੋ ਲੇ ਦੇਸ਼ ਮੇਂ ਹਮਾਰੇ ਉਸਨੇ ਸੋਚੇ 10-10 ਘੰਟੇ ਮੇਂ 10-10 3-3 ਲੱਖ 10-10 ਲੱਖੋਂ ਲੋਗੋ ਕੋ ਮੈਨੇ ਮਤਲਬ ਬਰਬਾਦ ਕਰ ਦਿਆ ਜਿਸਨੇ उस इंसान को तो कोई नहीं बच्चे लड़ने वाला था ना उस, और ना ही तो उसके आगे किसी की लड़ने की हिम्मत हुई। तब कहाँ चले गए थे सारे, मतलब किसी सोचिए जो राजा था उसने अपनी बेटी तक को दे दिया था कि भाई ले जाओ मेरी बेटी, उसकी खुद का मतलब जमीर कैसे ये चीज़ गवाही दे गया कि तुम अपने घर की बेटी दान के लिए जा रहे हो। वाह, तो कैसी लगी आपको ये वीडियो जरूर बताइएगा कमेंट में। मिलती हूँ आपको अपनी नेक्स्ट वीडियो में, तब तक आप अपना और अपनी पूरी फैमिली का ख्याल रखिए। टेक केयर एंड बाय बाय।